बीते दिन पंजाब दे मुख्यमंत्री कैप्टन अमरिंदर सिंह दे वल्लों बिजली समझौतियां नूं लै के बयान दिता गया सी कि कानूनी दावपेच होण दे करके सारे बिजली समझौते रद्द नहीं हो सकते। कैप्टन दे इस बयान तो बाद ओ विरोधी पार्टियां दे निशाने ते आ गए ने। आम आदमी पार्टी दे सुनाम तो विधायक अमन अरोड़ा ने कह दिता है कि कैप्टन सिर्फ लोकां नूं बेवकूफ बनाउण दी कोशिश कर रहे ने। पहलां आप ही मन्ने सन कि बिजली समझौते रद्द हो सकते ने। इन्हां समझौतियां दे नाल पंजाब नूं 2500 करोड़ रुपए दा नुकसान हो रहा है, पर हुण कैप्टन मुकर गए ने। पर आम आदमी पार्टी इस दे खिलाफ सैशन दे विच बिल पेश करेगी। देखो, मैं समझदा कि जो हुण पंजाब दे मुख्यमंत्री कैप्टन अमरिंदर सिंह जी ने बयान दिता है कि सारे दे सारे बिजली समझौते रद्द नहीं हो सकते हैगे, मैं समझदा कि पिछले पौने 5 सालों तों ही पंजाब सरकार कैप्टन अमरिंदर सिंह जी पंजाब दे लोकां नूं बेवकूफ बनाउण वाला काम कर रहे ने। क्योंकि चोणां तों पहलां 2017 तों पहलां इन्हां ने कहा सीगा कि इह तिन्ने प्राइवेट थर्मलां दे नाल जिहड़े एग्रीमेंट होए ने उन्हां नूं रद्द कीता जाएगा, जिहदी वजह करके हर साल तकरीबन 2500 करोड़ दा नुकसान है जिहड़ा ओह पंजाब नूं हुंदा। जदों सरकार बनी अपने वादे तों मुकर गए ते अज पौने 5 साल हो गए ने, हर वारी नवीं गल जिहड़ी ओह पंजाब दे लोकां सामने रखदे ने। पहलां कहिंदे कि जे रद्द कर दिते इह तिन्न एग्रीमेंट तां पंजाब दे विच इन्वेस्टमेंट नहीं आउणी, फिर कहिंदे कि लीगली इह रद्द हो नहीं सकदे हैगे, फिर कहिंदे हुण नवीं गल सामने आई है कि जी पावर शॉर्टेज है जिहड़ी ਉਹ ਹੋ ਜਾਏਗੀ ਤੇ ਸਾਰੇ ਦੇ ਸਾਰੇ ਜਿਹੜੇ ਐਗਰੀਮੈਂਟ ਨੇ ਉਹਨਾਂ ਦੀ ਗੱਲ ਹੈ ਜਿਹੜੀ ਉਹਦੇ ਕਰਨੀ ਸ਼ੁਰੂ ਕਰ ਦਿੱਤੀ। ਮੈਂ ਕੈਪਟਨ ਸਾਹਿਬ ਨੂੰ ਯਾਦ ਕਰਾਉਣਾ ਚਾਹੂੰਗਾ ਕਿ ਕੈਪਟਨ ਸਾਹਿਬ ਸਾਰੇ ਦੇ ਸਾਰੇ ਬਿਜਲੀ ਸਮਝੌਤੇ ਰੱਦ ਕਰ ਦਿੱਤਾ, ਕਦੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਹੈ, ਕੋਈ ਮੰਗ ਹੀ ਨਹੀਂ ਕੀਤੀ ਹੈਗੀ। ਮਸਲਾ ਜਿਹੜਾ ਹੈਗਾ ਉਹ ਸਿਰਫ ਔਰ ਸਿਰਫ 3 ਜਿਹੜੇ ਪ੍ਰਾਈਵੇਟ ਥਰਮਲਾਂ ਦੇ ਨਾਲ ਐਗਰੀਮੈਂਟ ਕੀਤੇ ਗਏ ਸੀਗੇ, ਜਿਨ੍ਹਾਂ ਦੇ ਵਿੱਚ ਗਲਤ ਟਰਮ ਸੀਗੇ ਜਿਹੜੀ ਪਿਛਲੀ ਸਰਕਾਰ ਨੇ ਕੀਤੇ ਸੀਗੇ, ਤੇ ਹੁਣ ਪੌਣੇ 5 ਸਾਲਾਂ ਤੋਂ ਤੁਸੀਂ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੇ ਹੋ। ਸਿਰਫ ਔਰ ਸਿਰਫ ਉਹਨਾਂ ਦੀ ਗੱਲ ਹੈ ਜਿਹੜੀ ਉਹ ਚੱਲ ਰਹੀ ਹੈ ਰੱਦ ਕਰਨ ਦੀ, ਪਰ ਤੁਸੀਂ ਸਾਰਿਆਂ ਨੂੰ ਵਿੱਚ ਹੁਣ ਇੰਕਲੂਡ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਬੇਵਕੂਫ ਬਣਾ ਰਹੇ ਹੋ। ਔਰ ਇਸ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਵਾਈਟ ਪੇਪਰ ਦੇ ਨਾਂ ਦਾ ਇੱਕ ਕਾਗਜ਼ਾਂ ਦਸਤਾ ਲੈ ਕੇ ਆਏ ਸੀਗੇ ਵਿਧਾਨ ਸਭਾ ਦੇ ਵਿੱਚ, ਤੇ ਉਹਨੂੰ ਛਾਤੀ ਦੇ ਨਾਲ ਮੁੜ ਕੇ ਵਾਪਿਸ ਲੈ ਗਏ। ਸੋ ਇਸ ਕਰਕੇ ਗੁੰਮਰਾਹ ਨਾ ਕਰੋ, ਲੋਕਾਂ ਨੂੰ ਬੇਵਕੂਫ ਨਾ ਬਣਾਓ। ਇਹ ਜਿਹੜੇ 3 ਪ੍ਰਾਈਵੇਟ ਥਰਮਲ ਨੇ ਇਹਨਾਂ ਦੇ ਜਿਹੜੇ ਐਗਰੀਮੈਂਟ ਨੇ ਇਹਨਾਂ ਨੂੰ ਰੱਦ ਜਾਂ ਰਿਵਿਊ ਕਰੋ, ਤੇ ਹੁਣ ਨਵਾਂ ਕੰਮ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤਾ, ਮੈਂ ਪਿਛਲੇ ਪੌਣੇ 5 ਸਾਲਾਂ ਦੇ ਵਿੱਚ 5 ਵਾਰੀ ਪ੍ਰਾਈਵੇਟ ਮੈਂਬਰ ਬਿੱਲ ਇਹਨਾਂ ਨੂੰ ਰੱਦ ਕਰਨ ਦੇ ਲਈ ਲਗਾ ਚੁੱਕਿਆ, ਤੇ ਹੁਣ ਵੀ ਜਿਹੜਾ ਕੱਲ ਨੂੰ ਸੈਸ਼ਨ ਹੈ 3 ਤਰੀਕ ਦਾ, ਇਹ ਸਿਰਫ ਔਰ ਸਿਰਫ 1 ਦਿਨ ਦਾ ਯਾਨੀ ਕਿ ਸ਼ੁੱਕਰਵਾਰ ਦਾ ਰੱਖਿਆ, ਜਦਕਿ ਜਿੰਨਾ ਪ੍ਰਾਈਵੇਟ ਮੈਂਬਰਾਂ ਦਾ ਕੰਮ ਹੁੰਦਾ ਉਹ ਵੀਰਵਾਰ ਦੇ ਦਿਨ ਹੁੰਦਾ, ਪਰ ਉਹਨੂੰ ਇਹਨਾਂ ਨੇ ਐਕਸਕਲੂਡ ਕਰ ਦਿੱਤਾ, ਉਹ ਦਿਨ ਵਿੱਚ ਨਹੀਂ ਲਿਆ ਹੈਗਾ, ਤਾਂ ਕਿ ਲੋਕਾਂ ਦਾ ਇਹ ਮਸਲਾ ਅਸੀਂ ਵਿਧਾਨ ਸਭਾ ਦੇ ਵਿੱਚ ਰੱਖ ਹੀ ਨਾ ਸਕੇ। ਸੋ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਆਪਦੇ ਵਾਅਦੇ ਤੋਂ ਪਿਛਲੇ ਪੌਣੇ 5 ਸਾਲਾਂ ਤੋਂ ਭੱਜ ਰਹੇ ਨੇ, ਲੋਕਾਂ ਨੂੰ ਬੇਵਕੂ ਬਣਾ ਰਹੇ ਨੇ। ਹੁਣ ਇਹ ਪਰਖ ਦੀ ਘੜੀ ਹੈ, ਇਮਤਿਹਾਨ ਦੀ ਘੜੀ ਹੈ ਸਰ ਨਵਜੋਤ ਸਿੰਘ ਸਿੱਧੂ ਜੀ ਦੇ ਲਈ, ਜਿਹੜੇ ਇਹ ਕਲੇਮ ਕਰਦੇ ਨੇ ਕਿ ਉਹਨਾਂ ਕੋਲ MLAs ਦੀ ਬਹੁਮਤ ਹੈਗੀ। ਆਲਰੇਡੀ ਪ੍ਰਾਈਵੇਟ ਮੈਂਬਰ ਬਿੱਲ ਹੈ ਜਿਹੜਾ ਉਹ ਸਾਡੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲਗਾਇਆ ਹੋਇਆ, ਇਸ ਸੈਸ਼ਨ ਨੂੰ ਐਕਸਟੈਂਡ ਕਰਵਾਓ। ਔਰ ਇਹ ਜਿਹੜੇ 3 ਪ੍ਰਾਈਵੇਟ ਥਰਮਲਾਂ ਦੇ ਨਾਲ ਐਗਰੀਮੈਂਟ ਹੋਏ ਨੇ, ਇਹਨਾਂ ਨੂੰ ਰੱਦ ਕਰਨ ਦਾ ਜਿਹੜਾ ਬਿੱਲ ਮੈਂ ਖੁਦ ਆਪ ਲਗਾਇਆ ਹੋਇਆ, ਇਹ ਸਾਡੀ ਸਪੋਰਟ ਕਰੋ, ਤਾਂ ਕਿ ਪੰਜਾਬ ਦਾ ਤਕਰੀਬਨ 5-6 ਹਜ਼ਾਰ ਕਰੋੜ ਦਾ ਜਿਹੜਾ ਨੁਕਸਾਨ ਹਰ ਸਾਲ ਇਹਨਾਂ 3